ਸੀਗਾ। ਇਟਸ ਅ ਗ੍ਰੇਟ ਪ੍ਰਿਵਿਲੇਜ ਬਲੇਸਿੰਗ ਟੂ ਬੀ ਏਬਲ ਟੂ ਪ੍ਰੇ ਐਟ ਹਰਿਮੰਦਰ ਸਾਹਿਬ ਐਂਡ ਆਈ ਪ੍ਰੇ ਦੈਟ ਯੂ ਨੋ ਆਲ ਆਫ ਹਿਊਮੈਨਿਟੀ ਇਨ ਆਰ ਨੇਸ਼ਨ ਐਂਡ ਬਿਯੋਂਡ ਬੀ ਹੈਪੀ ਪੀਸਫੁਲ ਐਂਡ ਪ੍ਰੋਸਪਰਸ। ਦੈਟ ਇਜ਼ ਮਾਈ ਪ੍ਰੇਅਰ ਫੋਰ ਦ ਗ੍ਰੇਟ ਡਿਵਾਈਨ ਹੂ ਰੂਲਸ ਆਲ ਆਰ ਲਾਈਵਸ। ਫਸਟ ਟਾਈਮ ਆਇਆ ਹੋ ਸਰ? ਨਹੀਂ, ਮੈਂ ਦੁਬਾਰਾ ਆ ਰਿਹਾ। ਦੋ ਵਾਰ ਮਹਿਸੂਸ ਕਿਆ ਕਿਆ ਕੈਸੇ 1975 ਸਾਲ ਵਰਸ਼ ਮੇ ਮੈਂ ਆਇਆ ਥਾ, ਸਕੂਲ ਮੇ ਥਾ, ਮਾਂ ਪਿਤਾ ਜੀ ਕੇ ਸਾਥ ਆਇਆ ਥਾ। ਇਟਸ ਵੈਰੀ ਡਿਵਾਈਨ ਪਲੇਸ, ਪੀਸਫੁਲ ਐਂਡ ਸਿਟਿੰਗ ਦੇਰ ਯੂ ਨੋ ਇਨ ਮੈਡੀਟੇਟਿੰਗ ਯੂ ਰੀਲੀ ਹੈਵ ਅ ਡਿਫਰੈਂਟ ਐਕਸਪੀਰੀਅੰਸ। ਇਟਸ ਫਾਰ ਐਵਰੀਵਨ ਟੂ ਇੰਬਾਈਬ ਦੈਟ ਐਕਸਪੀਰੀਅੰਸ ਐਂਡ ਅੰਡਰਸਟੈਂਡ ਇਟ। ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਕੰਟੈਸਟ ਲਿਟੀਗੇਸ਼ਨਸ, ਅੱਜ ਕੱਲ੍ਹ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ। ਅਸੀਂ ਉਹਨਾਂ ਨੂੰ ਇਹ ਭਾਵੇਂ ਐਗਜੈਕਟਿਵ ਦੇ ਸਪੁਰਦ ਆ, ਜਿਹੜਾ ਸਾਡਾ ਮੀਡੀਆ ਚੱਲ ਰਿਹਾ ਉਹ ਲੁਕ ਲੁਕ ਕੇ ਇੰਨੀਆਂ ਹੇਟਰਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ, ਜਿਹਨਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਹੋਈ, ਲੋਕੇਟ ਕਰਦੇ ਵੀ ਹਾਂ ਅਤੇ ਪੁਲਿਸ ਉਹ 'ਤੇ ਕੋਈ ਐਕਸ਼ਨ ਨਹੀਂ ਕਰਦੀ। ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੈਂਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ 'ਤੇ ਕਹਿ ਲਓ ਕਿ ਉਹ ਅੱਜ ਲੱਕੀਲੀ ਇੱਥੇ ਆਏ ਸੀਗੇ, ਉਹਨਾਂ ਨੂੰ ਅਸੀਂ ਉਹ ਦਿੱਤੀ ਆ ਅਤੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਵੀ ਕੀਤੀ ਆ। ਦੇਖੋ ਚੀਫ ਜਸਟਿਸ ਆਫ ਇੰਡੀਆ ਆ, ਜੁਡੀਸ਼ਰੀ ਦੇ ਹੈਡ ਆ, ਕੁਛ ਵੀ ਕਰ ਸਕਦੇ ਆ। ਪ੍ਰਸ਼ਾਸਨ ਨਾਲ ਹੀ ਜੇ ਕਹਿ ਲਓ ਵੀ ਯਕੀਨ ਨਾਲ ਹੀ ਸਾਰਾ ਕੰਮ ਚੱਲਦਾ।